بسم اللہ الرحمن الرحیم، میں محمد امین، جس طرح کہ 4 to 5 years ہو گئے نے ہسپتال لنگر جاندا ہے۔ اچھا جی، ماشاء اللہ اج اتوار دے لنگر دی تیاری ہون لگی ہے جی۔ عدنان مرچ کس طرح ہری؟ اللہ جی، بچے تھلے سپارا پڑھن آ گئے، ہانیاں بھی آ گئی ہے جی، آشا بھی آ گئی ہے۔ ہاں بھائی، چینل نو چینل کو لائک سے سبسکرائب کرو، اس میں شامل ہو جاؤ۔ ਮਾਸ਼ਾਅੱਲਾ ਜੀ، ਲੰਗਰ ਦੀ ਤਿਆਰੀ ਹੋ ਗਈ ਹੈ। ਲੰਗਰ ਤਿਆਰ ਹੋ ਗਿਆ ਜੀ، ਅੱਲਾਹ ਤਾਲਾ ਕਬੂਲ ਕਰੇ ਜੀ ਸਭ ਦਾ۔ بسم اللہ الرحمن الرحیم، میں محمد امین، جس طرح کہ 4 to 5 years ہو گئے نے ہسپتال لنگر جانا ہے، ہفتہ اتوار پیر 3 days ماشاء اللہ 200-250 کا لنگر پکتا، جی چند میرے بھن بھرا میرے نال نے جنہیں بدولت لنگر پکتا، اللہ تعالیٰ سب نو دے۔ اگر کوئی میرا بھن بھرا مالی امداد نہیں کر سکتا، ایک چینل نو لائک سبسکرائب شیئر کر کے اس لنگر سے شامل ہو سکتا جی، جن کے پاس کچھ نہیں۔ اچھا جی، ہوں چل رہے ہیں بازار، دیکھ رہے ہیں بازاروں سانو کی ملتا ہے، سبزی لے کے آئیے، اللہ خیر۔ اچھا جی، ماشاء اللہ اج اتوار دے لنگر دی تیاری ہون لگی ہے جی۔ عدنان مرچ کس طرح ہری؟ ہری مرچ 40 روپے۔ ٹماٹر اللہ جی، بچے تھلے سپارا پڑھن آ گئے، ہانیاں بھی آ گئی ہے جی، آشا بھی آ گئی ہے۔ ہاں بھائی، چینل نو چینل کو لائک سے سبسکرائب کرو، اس میں شامل ہو جاؤ۔ یہ لنگر کا کام ہے، اللہ کے راہ کا کام ہے جی۔ بچے بھی کہہ رہے نے، ਥੱਲੇ ਬੱਚੇ ਸੁਪਾਰੇ ਪੜ੍ਹਦੇ ਨੇ، ਮਾਸ਼ਾ ਅੱਲਾਹ ਉੱਤੇ ਮੈਂ ਲੰਗਰ ਪਕਾ ਰਿਹਾ। ਇਹ ਸਿਰਫ ਤੁਹਾਡੇ ਭੈਣ ਭਰਾਵਾਂ ਦੀ ਬਦੌਲਤ ਹੈ ਜਿਹਦੇ ਵਾਸਤੇ ਰਹੇ ਖੁਸ਼ ਰਹੇ ਜੀ। ਮਾਸ਼ਾ ਅੱਲਾਹ ਅੱਜ ਪੱਕਣ ਲੱਗਾ ਜੀ। ਇਹਨੂੰ ਕੀ ਕਹਿੰਦੇ ਨੇ ਜੀ? ਘੀਆ ਘੀਆ ਅਤੇ ਗੋਸ਼ਤ ਦੇ ਦਾਲ ਅਤੇ ਨਾਲ ਚੌਲ। ਘੀਆ ਗੋਸ਼ਤ ਦਾਲ ਨਾਲ ਚੌਲ ਪੱਕਣਗੇ ਜੀ। ਦਾਤਾ ਦਾ ਵੀ ਹੋਰ ਸ਼ੁਰੂ ਹੋ ਗਿਆ ਮੇਲਾ ਅਤੇ ਮਾਸ਼ਾ ਅੱਲਾਹ ਲੰਗਰ ਵੀ ਪੱਕ ਰਿਹਾ। ਅੱਲਾਹ ਖੈਰ ਕਰੇ ਜੀ, ਅੱਲਾਹ ਕਬੂਲ ਕਰੇ, ਆਮੀਨ। ਗੋਸ਼ਤ ਅਤੇ ਦਾਲ ਇਹਨੂੰ ਹੁਣ ਅਸੀਂ ਕੁੱਕਰ ਲਾਇਆ 15 to 20 minutes, ਦਾਲ ਗੋਸ਼ਤ ਜਿਹੜਾ ਗਲ ਜਾਏਗਾ, ਫਿਰ ਅਸੀਂ ਘੀਆ ਪਾਉਂਦੇ ਹਾਂ ਜੀ। ਮਾਸ਼ਾਅੱਲਾ ਜੀ, ਇਤਵਾਰ ਦੇ ਲੰਗਰ ਦੀ ਤਿਆਰੀ ਹੋ ਰਹੀ ਹੈ ਜੀ। ਗਰਮੀ ਕਾਫੀ ਹੈ ਜੀ, ਮਗਰ ਡਿਊਟੀ ਹੈ, ਡਿਊਟੀ ਦੇਣੀ ਹੈ। ਅੱਲਾ ਖੈਰ ਕੀਤਾ, ਜਿੰਨੀ ਦੇਰ ਜ਼ਿੰਦਗੀ ਹੈ ਤਾਂ ਜਿੰਨੀ ਦੇਰ ਤੁਹਾਡਾ ਤਾਵਾ ਨੇ ਮੇਰੇ ਭੈਣ ਭਰਾਵਾਂ ਦਾ ਲੰਗਰ ਪੱਕਦਾ ਰਹੇਗਾ। ਘੀਆ ਦਾਲ ਗੋਸ਼ਤ
ਮਾਸ਼ਾਅੱਲਾ ਜੀ ਗੋਸ਼ਤ ਦੀ ਭੁਨਾਈ ਵੀ ਹੋ ਗਈ ਹੈ। ਗਰਮੀ ਹੈ ਜੀ, ਕੋਈ ਗੱਲ ਨਹੀਂ, ਚੈਨਲ ਬਸ ਦੇਖਿਆ ਕਰੋ, ਲਾਈਕ ਕਰ ਲਿਆ ਕਰੋ। ਮਾਸ਼ਾਅੱਲਾ ਜੀ ਦਾਤਾ ਸਰਕਾਰ ਦਾ ਅੱਜ ਉਰਸ ਵੀ ਹੈ, ਮਗਰ ਲੰਗਰ ਤੇ ਪਕਾਉਣਾ ਹੈ ਨਾ। ਮਾਸ਼ਾਅੱਲਾ ਐਤਵਾਰ ਦਾ ਦਿਨ ਹੈ ਤੇ ਲੰਗਰ ਅੱਜ ਪੱਕ ਰਿਹਾ ਜੀ, ਘੀਆ ਗੋਸ਼ਤ ਤੇ ਨਾਲ ਤੜਕੇ ਵਾਲੇ ਚੌਵਲ, ਸਭ ਕੁਝ ਤੁਹਾਡੇ ਭੈਣ ਭਰਾਵਾਂ ਦੀ ਬਦੌਲਤ ਹੈ। ਮੈਂ ਤੇ ਸਿਰਫ ਇੱਕ ਡਿਊਟੀ ਦੇ ਰਿਹਾ, ਨੌਕਰੀ ਕਰ ਰਿਹਾ। ਜਿੰਨੀ ਦੇਰ ਮੇਰੀ ਜ਼ਿੰਦਗੀ ਮੈਂ ਨੌਕਰੀ ਕਰਦਾ ਰਹਾਂਗਾ, ਜਾਂ ਜਿੰਨੀ ਦੇਰ ਅੱਲਾ ਨੂੰ ਮਨਜ਼ੂਰੀ ਹੈ ਨੌਕਰੀ ਹੁੰਦੀ ਰਹੇਗੀ, ਜਾਂ ਜਿੰਨੀ ਦੇਰ ਤੁਹਾਡਾ ਮੇਰੇ ਤਾਵਾਂ ਨੇ ਤੁਹਾਡੇ ਭੈਣ ਭਰਾਵਾਂ ਦੇ ਮੇਰੇ ਨਾਲ ਜਿਹੜੇ ਮੇਰੇ ਭੈਣ ਭਰਾ ਲੰਗਰ 'ਚ ਹਿੱਸਾ ਪਾਉਂਦੇ ਨੇ। ਤੜਕੇ ਵਾਲੇ ਚੌਵਲ ਪੱਕਣ ਲੱਗੇ ਜੀ, ਨਾਲ ਘੀਆ ਗੋਸ਼ਤ, ਮਾਸ਼ਾਅੱਲਾ ਅੱਜ ਪੱਕੇਗਾ ਲੰਗਰ 200-250 ਬੰਦੇ ਦਾ। ਅੱਲਾ ਤਾਲਾ ਕਬੂਲ ਕਰੇ ਜਿਹਦੇ ਵਾਸਤੇ ਰਹੇ ਜੀ, ਆਮੀਨ। ਮਾਸ਼ਾਅੱਲਾ ਜੀ ਅੱਜ 250 ਬੰਦੇ ਦੇ ਕਰੀਬ ਲੰਗਰ ਹੈ। ਅੱਜ ਦਾਤਾ ਦਾ ਉਰਸ ਵੀ, ਦੁਨੀਆ ਉੱਧਰ ਰਸ਼ ਵੀ ਹੋਏਗਾ, ਇਸ ਕਰਕੇ ਲੰਗਰ ਦੇ ਰਾਹ ਥੋੜ੍ਹਾ ਜਿਹਾ ਜ਼ਿਆਦਾ ਕਰ ਲਿਆ। ਥੋੜ੍ਹੀ ਜਿਹੀ ਦਾਲ ਵਧਾ ਲਈ ਹੈ, ਦਾਲ ਗੋਸ਼ਤ ਘੀਆ ਅਤੇ ਨਿੰਮਕ ਚੱਖ ਲਈ ਹੈ ਜੀ। ਦਾਲ ਘੀਆ ਜੀ ਗੋਸ਼ਤ ਨਾਲ ਵੀ ਤਿਆਰ ਹੋ ਗਿਆ ਸਾਡਾ। ਮਾਸ਼ਾਅੱਲਾ 20-25 ਮਿੰਟ ਦਮ ਲਾਵਾਂਗੇ, ਗਰਮੀ ਅੱਜ ਵੀ ਕਾਫੀ ਹੈ, ਲਿਆਦਾ ਕੋਈ ਗੱਲ ਨਹੀਂ। ਇੱਧਰ ਸਾਡਾ ਸਾਲਣ ਵੀ ਤਿਆਰ ਹੋ ਗਿਆ ਜੀ, ਪੈਕਿੰਗ ਕਰਨੇ ਆ ਅਤੇ ਵੰਡ ਕੇ ਆਉਂਦੇ ਹਾਂ। ਮਾਸ਼ਾਅੱਲਾ ਜੀ ਚੌਲ ਤੇ ਕੱਲਾ ਹੋ ਗਿਆ ਜੀ।
ਸਭ ਕਿਉਂ ਮਾਸ਼ਾਅੱਲਾ ਜੀ ਲੰਗਰ ਦੀ ਤਿਆਰੀ ਹੋ ਗਈ ਹੈ ਅੱਲਾ ਖੈਰ ਜੀ ਬਸ ਇਹ ਚੈਨਲ ਨੂੰ ਕੋਈ ਚਾਰ ਪੈਸੇ ਆਉਣ ਤਾਂ ਲੰਗਰ ਮਜ਼ੀਦ ਵਧਾਈਏ ਮਾਸ਼ਾਅੱਲਾ ਜੀ ਲੰਗਰ ਤਿਆਰ ਹੋ ਗਿਆ ਜੀ ਅੱਲਾ ਤਾਲਾ ਕਬੂਲ ਕਰੇ ਜੀ ਸਭ ਦਾ ਆਮੀਨ ਪੁੱਛ ਰਹੇ ਜੀ